ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਕੰਪੀਟਿਟਿਵ ਇਗਜ਼ਾਮ ਹਨ ਉਹਨਾਂ ਨੂੰ ਟਾਰਗੇਟ ਰੱਖਦੇ ਹੋਏ ਇੰਡੀਅਨ ਪੋਲੀਟੀਕਲ ਦੇ ਨਾਲ ਰਿਲੇਟਡ ਕੁਝ ਮਹੱਤਵਪੂਰਨ ਐਮਸੀਕਿਊ ਕਵਰ ਕਰਾਂਗੇ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਸਾਰੇ ਵਿਦਿਆਰਥੀਆਂ ਨੇ ਵੀਡੀਓ ਨੂੰ ਪੂਰੇ ਧਿਆਨ ਨਾਲ ਅਤੇ ਐਂਡ ਤੱਕ ਜ਼ਰੂਰ ਦੇਖਣਾ ਹੈ ਐਂਡ ਜਿਹੜੇ ਵਿਦਿਆਰਥੀ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਜਾਨਾ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਵਜੇਕਰ ਤੁਸੀਂ ਆਪਣੇ ਕੋਲ ਸਟੱਡੀ ਨੋਟਸ ਲੈਣਾ ਚਾਹੁੰਦੇ ਤੁਸੀਂ ਇਸ ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 951734454 ਇਸ ਨੰਬਰ ਤੇ ਤੁਸੀਂ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਦੇ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾ ਸਟੱਡੀ ਨੋਟਸ ਦੇ ਰਿਗਾਰਡਿੰਗ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਹੈ ਉਹ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਦਿੱਤਾ ਗਿਆ ਰਾਜ ਸਭਾ ਦੀ ਚੋਣ ਲੜਨ ਦੇ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਜ਼ਰੂਰੀ ਹੈ? ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਰਾਜ ਸਭਾ ਦੀ। ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਰਾਜ ਸਭਾ ਸਦਨ ਹੈ ਇਹ ਇੱਕ ਸੰਸਦ ਦਾ ਸਦਨ ਹੈ। ਇਸ ਨੂੰ ਉੱਚਾ ਸਦਨ ਵੀ ਕਿਹਾ ਜਾਂਦਾ ਹੈ ਐਂਡ ਸਥਾਈ ਸਦਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਵੀ ਪਾੰਗ ਨਹੀਂ ਕੀਤਾ ਜਾ ਸਕਦਾ। ਤ ਰਾਸਪਾਦੀ ਚੋਣ ਲੜਨ ਦੀ ਜਿਹੜੀ ਕਟੋ-ਕਾਟੋ ਉਮਰ ਤੈਅ ਕੀਤੀ ਗਈ ਉਹ ਕੀਤੀ ਗਈ ਹੈ 30 ਸਾਲ 20 ਬਿਲਕੁਲ ਸਹੀ ਆਨਸਰ ਹੋਵੇਗਾ ਉਸ ਵਿਅਕਤੀ ਦੀ ਕਟੋ-ਕਾਟੋ ਉਮਰ ਹੋਣੀ ਚਾਹੀਦੀ ਹੈ 30 ਸਾਲ ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ਬਾਕੀ ਜੇਕਰ ਆਪਾਂ ਗੱਲ ਕਰੀਏ ਲੋਕ ਸਭਾ ਦੀ ਤਾਂ ਲੋਕ ਸਭਾ ਦੀ ਚੋਣ ਲੜਨ ਦੀ ਜਿਹੜੀ ਕਟੋ-ਕਾਟੋ ਉਮਰ ਰੱਖੀ ਗਈ ਉਹ ਰੱਖੀ ਗਈ ਹੈ 25 ਸਾਲ ਐਂਡ ਰਾਸ ਸਭਾ ਦਾ ਜਿਹੜਾ ਕਾਰਜਕਾਲ ਹੁੰਦਾ ਉਹ ਹੁੰਦਾ ਹੈ 6 ਸਾਲ ਦਾ 6 ਸਾਲ ਦਾ ਹੁੰਦਾ ਕਾਰਜਕਾਲ ਰਾਸ ਸਭਾ ਦਾ ਐਂਡ 5 ਸਾਲ ਕਾਰਜਕਾਲ ਹੁੰਦਾ ਹੈ ਲੋਕ ਸਭਾ ਦਾ emergancy ਜਦੋਂ ਲੱਗਦੀ ਤਾਂ ਉਸ ਸਮੇਂ ਲੋਕ ਸਭਾ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾਇਆ ਵੀ ਜਾ ਸਕਦਾ ਹੈ ਰਾਸ਼ਟਰਪਤੀ ਦੁਆਰਾ ਸੋ ਜਿੰਨੇ ਵੀ ਤੁਹਾਨੂੰ ਪੁਆਇੰਟ ਦੱਸੇ ਹਨ ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰ ਲੈਣਾ ਬਾਕੀ ਜੇਕਰ ਤੁਸੀਂ ਆਪਣੇ ਕੋਲ ਸਟੱਡੀ ਨੋਟਸ ਲੈ ਲੈਂਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ 8 ਲਿਖਿਆਂ ਦੇ ਵਿੱਚੋਂ ਕਿਹੜੇ ਦੇਸ਼ ਦੇ ਵਿੱਚ ਦੋਰੀ ਨਾਗਰਿਕਤਾ ਹੈ ਯਾਨੀ ਕਿ ਇਹਨਾਂ ਵਿੱਚੋਂ ਉਹ ਕਿਹੜਾ ਦੇਸ਼ ਹੈ ਜਿੱਥੇ ਆਪਣੇ ਕੋਲ ਡੁਅਲ ਸਟੀਟਿਨਸ਼ਿਪ ਹੈ ਫ੍ਰਾਂਸ ਭਾਰਤ ਇੰਗਲੈਂਡ ਜਾਂ ਜਾਪਾਨ ਹਾਂਜੀ ਇਹਦਾ ਆਪਣੇ ਕੋਲ ਜਿਹੜਾ ਰਾਈਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਫ੍ਰਾਂਸ ਫ੍ਰਾਂਸ ਦੇ ਵਿੱਚ ਡਿਊਅਲ ਸਟਰੀਟਸ਼ਿਪ ਹੈ ਇਸ ਤੋਂ ਇਲਾਵਾ ਅਮਰੀਕਾ ਦੀ ਜੇਕਰ ਆਪਾਂ ਗੱਲ ਕਰੀਏ ਉੱਥੇ ਵੀ ਡਿਊਅਲ ਸਟਰੀਟਸ਼ਿਪ ਹੈ ਯਾਨੀ ਕਿ ਦੋਰੀ ਨਾਗਰਿਕਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਭਾਰਤ ਇੰਗਲੈਂਡ ਅਤੇ ਜਾਪਾਨ ਦੀ ਗੱਲ ਕਰੀਏ ਤਾਂ ਇੱਥੇ ਸਿੰਗਲ ਸਟਰੀਟਸ਼ਿਪ ਹੈ ਯਾਨੀ ਕਿ ਇੱਕ ਹੀ ਨਾਗਰਿਕਤਾ ਹੈ ਇਸ ਤੋਂ ਇਲਾਵਾ ਆਪਣੇ ਭਾਰਤ ਦੇਸ਼ ਨੇ ਸਿੰਗਲ ਸਟਰੀਜਨਸ਼ਿਪ ਦੀ ਜਿਹੜੀ ਜਾਣਕਾਰੀ ਹੈ ਉਹ ਕਿਹੜੇ ਦੇਸ਼ ਤੋਂ ਲਈ ਹੈ ਫਿਰ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਇੰਗਲੈਂਡ ਦੇਸ਼ ਤੋਂ ਆਪ ਲਈ ਹੈ ਇੰਗਲੈਂਡ ਦੇਸ਼ ਤੋਂ ਹੀ ਆਪਾਂ ਸੰਸਦ ਦੀ ਸ਼ਾਸਨ ਪ੍ਰਣਾਲੀ ਲਈ ਹੈ ਮੰਤਰੀ ਮੰਡਲ ਦੀ ਜਾਣਕਾਰੀ ਵੀ ਆਪਾਂ ਇੰਗਲੈਂਡ ਦੇਸ਼ ਤੋਂ ਲਈ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਆਪਣੇ ਭਾਰਤ ਦੇ ਵਿੱਚ ਆ ਸਿੰਗਲ ਸਟਰੀਜਨਸ਼ਿਪ ਯਾਨੀ ਕਿ ਇੱਕ ਹੀ ਨਾਗਰਿਕਤਾ ਐ ਐਂਡ ਜੇਕਰ ਆਪਾਂ ਨਾਗਰਿਕਤਾ ਦੀ ਗੱਲ ਕਰੀਏ ਨਾਗਰਿਕਤਾ ਸੰਬੰਧੀ ਜਿਹੜੇ ਅਨੁਛੇਦ ਹਨ ਉਹ ਹਨ 5 ਤੋਂ ਲੈ ਕੇ 11 ਤੱਕ ਪਾਗ ਨੰਬਰ 2 ਦੇ ਵਿੱਚ ਆਰਟੀਕਲ 5 ਤੋਂ 11 ਤੱਕ ਕਿਸ ਨਾਲ ਸੰਬੰਧਤ ਹਨ ਇਹ ਸੰਬੰਧ ਹਨ ਸਿਟੀਜ਼ਨਸ਼ਿਪ ਦੇ ਨਾਲ ਨੈਕਸਟ ਆਪਾਂ ਦੇਖਦੇ ਹਾਂ 3rd ਨੰਬਰ ਕੁਐਸਚਨ ਹਾਂਜੀ ਹੁਣ ਤੱਕ ਕਿੰਨੀ ਵਾਰ ਸੰਸਦ ਦੀ ਸ joint ਬੈਠਕ ਹੋ ਚੁੱਕੀ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਜਾਂ ਚਾਰ ਵਾਰ ਹਾਂਜੀ ਹੁਣ ਤੱਕ ਸੰਸਦ ਦੀ ਜਿਹੜੀ joint ਬੈਠਕ ਹੋ ਚੁੱਕੀ ਉਹ ਚੁੱਕੀ ਹੈ ਤਿੰਨ ਵਾਰ ਸੀ ਬਿਲਕੁਲ ਸਹੀ ਆਨਸਰ ਬਣੇਗਾ ਤਿੰਨ ਵਾਰ ਅੱਗੇ ਆਪਾਂ ਪੁਆਇੰਟ ਦੇਖਦੇ ਹਾਂ ਅੱਜ ਜੀ ਪਹਿਲੀ ਬੈਠਕ ਜਿਹੜੀ ਸੀਗੀ ਉਹੀ ਸੀ ਦੇਹੇਜ ਰੋਕੋ ਬਿੱਲ ਜੋ ਕਿ 1969 ਦੇ ਵਿੱਚ ਹੋਈ ਸੀ ਉਸ ਸਮੇਂ ਪ੍ਰਧਾਨ ਮੰਤਰੀ ਸਨ ਜਵਾਹਰ ਲਾਲ ਨਹਿਰੂ ਦੂਜੀ ਬੈਠਕ ਜਿਹੜੀ ਸੀਗੀ ਉਹ ਹੀ ਸੀ ਬੈਂਕਿੰਗ ਸੇਵਾ ਾਇਯੋਗ ਦੇ ਨਾਲ ਇੱਥੇ ਬੈਂਕਿੰਗ ਆਵੇਗਾ ਆਪਣੇ ਕੋਲ ਬੈਂਕਿੰਗ ਸੇਵਾ ਾਇਯੋਗ ਦੇ ਨਾਲ ਜੋ ਕਿ 1977 ਦੇ ਵਿੱਚ ਹੋਈ ਸੀ ਉਸ ਸਮੇਂ ਪਾਰ ਦੇ ਪ੍ਰਧਾਨ ਮੰਤਰੀ ਸਨ ਮੁਰਾਰਜੀ ਦਸਾਈ ਤੀਜੀ ਜਿਹੜੀ ਬੈਠਕ ਸੀਗੀ ਇਹ ਸੀ ਕਿ 2002 ਦੇ ਵਿੱਚ ਹੋਈ ਸੀ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਸੋ ਤਿੰਨਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਆਪਣੇ ਕੋਲ ਇਗਜ਼ਾਮ ਵਿੱਚ ਕੁਸ਼ਨ ਪੁੱਛਿਆ ਜਾ ਸਕਦਾ ਹੈ ਨੈਕਸਟ ਆਪਾਂ ਦੇਖਦੇ ਹਾਂ ਹੇਟ ਲਿਖਾਂ ਦੇ ਵਿੱਚੋਂ ਕਿਹੜੇ ਰਾਜ ਦੇ ਵਿੱਚ ਰਾਜ ਸਭਾ ਮੈਂਬਰਾਂ ਦੀ ਸੰਖਿਆ 1 ਤੋਂ ਘੱਟ ਨਹੀਂ ਹੈ ਗੋਆ ਨਾਗਾਲੈਂਡ ਮਗਾਲਿਆ ਜਾਂ ਅਸਮ ਯਾਨੀ ਕਿ ਇਹਨਾਂ ਵਿੱਚੋਂ ਉਹ ਕਿਹੜਾ ਰਾਜ ਹੈ ਜਿੱਥੇ ਰਾਜ ਸਭਾ ਮੈਂਬਰਾਂ ਦੀ ਸੰਖਿਆ 1 ਤੋਂ ਘੱਟ ਨਹੀਂ ਹੈ ਹਾਂਜੀ ਇਹਦਾ ਆਪਣੇ ਕੋਲ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਟੀ ਯਾਨੀ ਕਿ ਅਸਮ ਅਸਮ ਦੇ ਵਿੱਚ 1 ਤੋਂ ਵੱਧ ਮੈਂਬਰਾਂ ਦੀ ਸੰਖਿਆ ਰਾਜ ਸਭਾ ਦੀ ਬਾਕੀ ਜੇਕਰ ਆਪਾਂ ਗੋਆ ਨਾਗਾਲੈਂਡ ਅਤੇ ਮਗਾਲਿਆ ਦੀ ਗੱਲ ਕਰੀਏ ਤਾਂ ਇੱਥੇ ਰਾਜ ਸਭਾ ਮੈਂਬਰਾਂ ਦੀ ਜਿਹੜੀ ਸੰਖਿਆ ਉਹ ਆਪਣੇ ਕੋਲ 1 ਹੈ ਠੀਕ ਹੈ ਤਾਂ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਹਾਂਜੀ ਜੇਕਰ ਵੀਡੀਓ ਹੈਲਪਫ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਨੈਕਸਟ ਆਪਾਂ ਦੇਖਦੇ ਹਾਂ ਰਾਜ ਸਭਾ ਸੀਟਾਂ ਦੀ ਗਿਣਤੀ ਸਭ ਤੋਂ ਵੱਧ ਕਿੱਥੇ ਹੈ ਇਹ ਉੱਤਰ ਪ੍ਰਦੇਸ਼ ਦੇ ਵਿੱਚੋਂ ਉੱਥੇ ਰਾਜ ਸਭਾ ਸੀਟਾਂ ਦੀ ਗਿਣਤੀ ਕਿੰਨੀਆਂ 31 ਮੈਂਬਰ ਉੱਥੇ ਚੁਣੇ ਜਾਂਦੇ ਹਨ ਲੋਕ ਸਭਾ ਸੀਟਾਂ ਦੀ ਗਿਣਤੀ ਸਭ ਤੋਂ ਵੱਧ ਜੇਕਰ ਪੁੱਛ ਲਈ ਜਾਵੇ ਫਿਰ ਵੀ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ ਸਭ ਤੋਂ ਵੱਧ ਹੈ ਐਂਡ ਇਹਨਾਂ ਦੀ ਗਿਣਤੀ ਹੈ 80 ਯਾਨੀ ਬਾਕੀ ਜਿਕਰ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ ਦੇ ਵਿੱਚੋਂ ਟੋਟਲ ਵਿਧਾਨ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ 117 ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਸੀਟਾਂ ਦੀ ਗਿਣਤੀ 13 ਹੈ ਐਂਡ ਰਾਜ ਸਭਾ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਰਾਜ ਸਭਾ ਸੀਟਾਂ ਦੀ ਗਿਣਤੀ ਹੈ 7 ਸੋ ਜਿੰਨੇ ਵੀ ਤੁਹਾਨੂੰ ਪੁਆਇੰਟ ਦੱਸੇ ਹਨ ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰ ਲੈਣਾ ਹੈ ਨੈਕਸਟ ਆਪਾਂ ਦੇਖਦੇ ਹਾਂ ਰਾਜ ਸਭਾ ਜਾਂ ਲੋਕ ਸਭਾ ਵਿੱਚ ਕੋਰਮ ਕੁੱਲ ਮੈਂਬਰਾਂ ਦਾ ਕਿੰਨਾ ਹਿੱਸਾ ਹੁੰਦਾ ਹੈ ਕੋਰਮ ਇੱਕ ਪ੍ਰਕਾਰ ਦੀ ਬੈਠਕ ਹੁੰਦੀ ਹੈ ਤਾਂ ਰਾਜ ਸਭਾ ਦੇ ਲੋਕ ਸਭਾ ਦੇ ਵਿੱਚ ਕੋਰਮ ਕੁੱਲ ਮੈਂਬਰਾਂ ਦਾ ਆਪਣੇ ਕੋਲ ਇੱਕ ਬੜਾ 10ਵਾਂ ਹਿੱਸਾ ਹੁੰਦਾ ਹੈ ਤਾਂ ਸੀ ਬਿਲਕੁਲ ਸਹੀ ਆਨਸਰ ਹੋਵੇਗਾ ਜੇਕਰ ਆਪਣੇ ਕੋਲ ਸਪੋਜ਼ ਕਰੋ ਰਾਜ ਸਭਾ ਦੇ 100 ਮੈਂਬਰ ਹਨ ਤਾਂ ਉਹਨਾਂ ਵਿੱਚੋਂ 10 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ ਫਿਰ ਆਪਣੀ ਜਿਹੜੀ ਕੋਰਮ ਹੈ ਉਹ ਸਹੀ ਮੰਨੀ ਜਾਵੇਗੀ ਯਾਨੀ ਕਿ ਉਹ ਫਿਰ ਜਿਹੜੀ ਬੈਠਕ ਹੈ ਸਹੀ ਮੰਨੀ ਜਾਵੇਗੀ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਆਪਾਂ ਦੇਖਦੇ ਹਾਂ ਲੋਕ ਲੇਖਾ ਜਿਹੜੀ ਕਮੇਟੀ ਹੈ ਤਾਂ ਇਹਦੇ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਹਾਂਜੀ ਜਿਹੜੀ ਪਬਲਿਕ ਕਮੇਟੀ ਆ ਪਬਲਿਕ ਕਮੇਟੀ ਆਪਾਂ ਇੰਗਲਿਸ਼ ਵਿੱਚ ਕਹਿ ਤਾਂ ਇਹਦੇ ਵਿੱਚ ਲੋਕ ਸਭਾ ਮੈਂਬਰਾਂ ਦੀ ਜਿਹੜੀ ਸੰਖਿਆ ਤੈਅ ਕੀਤੀ ਗਈ ਉਹ ਕੀਤੀ ਗਈ ਹੈ 15 20 ਬਿਲਕੁਲ ਸਹੀ ਆਨਸਰ ਹੋਵੇਗਾ 15 ਹੁੰਦੀ ਹੈ ਇਹਦੇ ਵਿੱਚ ਬਾਕੀ ਜਿੰਨੇ ਮੈਂਬਰ ਹੋਣਗੇ ਉਹ ਹੋਣਗੇ ਰਾਜ ਸਭਾ ਦੇ ਰਾਜ ਸਭਾ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਉਹਦੀ ਹੈ 7 ਟੋਟਲ ਜੇਕਰ ਪੁੱਛ ਲਈ ਜਾਵੇ ਟੋਟਲ ਕਿੰਨੇ ਮੈਂਬਰ ਹੁੰਦੇ ਹਨ ਪਬਲਿਕ ਕਮੇਟੀ ਦੇ ਵਿੱਚ ਫਿਰ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ 22 ਯਾਨੀ ਕਿ 22 ਨੈਕਸਟ ਆਪਾਂ ਦੇਖਦੇ ਹਾਂ 8 ਲਿਖਾਂ ਦੇ ਵਿੱਚੋਂ ਕਿਹੜਾ ਵਿਅਕਤੀ ਰਾਜ ਪੁਨਰਗਠਨ ਆਯੋਗ 1956 ਦੇ 1950 ਦਾ ਮੈਂਬਰ ਨਹੀਂ ਸੀਗਾ ਤੁਹਾਨੂੰ ਪਤਾ ਹੋਵੇਗਾ ਰਾਜ ਪੁਨਰਗਠਨ ਅਯੋਗ ਕਦੋਂ ਬਣਿਆ ਸੀ 1956 ਦੇ ਵਿੱਚ ਬਣਿਆ ਸੀ ਇਹ ਅਯੋਗ ਇਸ ਕਰਕੇ ਬਣਾਇਆ ਗਿਆ ਸੀ ਤਾਂ ਜੋ ਭਾਰਤ ਦੇ ਵਿੱਚ ਜਿਹੜੀਆਂ ਵੀ ਆਪਣੇ ਕੋਲ ਜਿਹੜੀ ਵੀ ਸ਼ਹਿਰ ਸਨ ਤਾਂ ਉਹਨਾਂ ਨੂੰ ਸਟੇਟਾਂ ਦੇ ਵਿੱਚ ਬਦਲਿਆ ਜਾ ਸਕੇ ਪਾਸ਼ਾ ਦੇ ਆਧਾਰ ਤੇ ਤਾਂ ਇਹਦੇ ਵਿੱਚ ਕਿਹੜਾ ਮੈਂਬਰ ਨਹੀਂ ਸੀ ਡੀ ਬਿਲਕੁਲ ਸਹੀ ਆਨਸਰ ਹੋਵੇਗਾ ਕੇ ਐਸ ਮਾਤਾ ਮੈਂਬਰ ਨਹੀਂ ਸਨ ਬਾਕੀ ਸਾਰੇ ਸੈਦ ਫਜ਼ਲ ਅਲੀ ਇਹਨਾਂ ਦੇ ਨਾਮ ਤੇ ਇੱਕ ਕਮਿਸ਼ਨ ਬਣਾਇਆ ਗਿਆ ਸੀ ਇਸ ਤੋਂ ਇਲਾਵਾ ਰਧਿਆਨਾਥ ਕੰਜਰੂ ਐਡ ਕੇਐਮ ਪੰਨੀਕਰ ਇਹ ਤਿੰਨੋਂ ਵਿਅਕਤੀ ਸਨ ਇਸ ਦੇ ਵਿੱਚ ਰਾਜਪੁੰਨ ਰਗਠਨ ਅਯੋਗ ਦੇ ਵਿੱਚ ਤਾਂ ਡੀ ਬਿਲਕੁਲ ਇੱਥੇ ਸਹੀ ਆਨਸਰ ਬਣੇਗਾ ਨੈਕਸਟ ਆਪਾਂ ਦੇਖਦੇ ਹਾਂ 8 ਲਿਖਾਂ ਦੇ ਵਿੱਚੋਂ ਕਿਹੜਾ ਅਯੋਗ ਰਾਜ ਦੇ ਪਾਸ਼ਾ ਦੇ ਆਧਾਰ ਤੇ ਵੰਡ ਦੇ ਵਿਰੁੱਧ ਸੀਗਾ ਹਾਂਜੀ ਇਹ ਤਾਂ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਤਰ ਅਯੋਗ ਤਰ ਅਯੋਗ ਜਿਹੜਾ ਸੀਗਾ ਇਹ ਰਾਜਾਂ ਦੇ ਪਾਸ਼ਾ ਦੇ ਆਧਾਰ ਤੇ ਵੰਡ ਦੇ ਵਿਰੁੱਧ ਸੀ ਤਾਂ ਇਹ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਆਪਾਂ ਦੇਖਦੇ ਹਾਂ ਭਾਰਤ ਦੀ ਪਹਿਲੀ ਮਹਿਲਾ ਮੁੱਖ ਚੋਣਾਂ ਅਯੁਕਤ ਕੌਣ ਸੀਗੀ ਜੀ ਭਾਰਤ ਦੀ ਪਹਿਲੀ ਮਹਿਲਾ ਮੁੱਖ ਚੋਣਾਂ ਅਯੁਕਤ ਇਹ ਆਪਣੇ ਕੋਲ ਕੋਸ਼ਨ ਪੁੱਛਿਆ ਗਿਆ ਤਾਂ ਤੁਸੀਂ ਉੱਥੇ ਆਨਸਰ ਟਿਕ ਕਰਕੇ ਆਉਣਾ ਹੈ ਵੀ ਐਮ ਰਮਾ ਦੇਵੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਵੀ ਐਮ ਰਮਾ ਦੇਵੀ ਜੇਕਰ ਆਪਣੇ ਕੋਲ ਭਾਰਤ ਦੀ ਪਹਿਲੀ ਮੁਸਲਮ ਮਹਿਲਾ ਪੁੱਛ ਲਈ ਜਾਵੇ ਤਾਂ ਫਿਰ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਸ਼ਾਬੂਦੀਨ ਯਾਕੂਬ ਕੁਰੇਸ਼ੀ ਇਹ ਸੀਗੀ ਪਹਿਲੀ ਮਹਿਲਾ ਥੋੜਾ ਨੈਮ ਡਿਫਿਕਲਟ ਹੈ ਬਾਕੀ ਫਿਰ ਵੀ ਤੁਸੀਂ ਯਾਦ ਰੱਖਣਾ ਐਗਜ਼ਾਮ 'ਚ ਕੁਐਸਚਨ ਬਣ ਸਕਦਾ ਹੈ ਨੈਕਸਟ ਆਪਾਂ ਦੇਖਦੇ ਹਾਂ ਸੰਵਿਧਾਨ ਦੇ ਸੰਸ਼ੋਧਨ ਕਰਨ ਸਬੰਧੀ ਕਿਹੜਾ ਅਨੁਛੇਦ ਹੈ ਹਾਂਜੀ ਜੇਕਰ ਸੁਵਿਧਾਨ ਦੇ ਵਿੱਚ ਕੁਝ ਵੀ ਚੇਂਜ ਕਰਨਾ ਹੈ ਯਾਨੀ ਕਿ ਸੰਸ਼ੋਧਨ ਕਰਨਾ ਹੈ ਇਹ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਆਪਾਂ ਜਾਣਕਾਰੀ ਕਿਹੜੇ ਦੇਸ਼ ਤੋਂ ਲਈ ਹੈ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦੀ ਤਾਂ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਸਾਊਥ ਅਫਰੀਕਾ ਯਾਨੀ ਕਿ ਦੱਖਣੀ ਅਫਰੀਕਾ ਤੋਂ ਆਪਾਂ ਇਹ ਜਾਣਕਾਰੀ ਲਈ ਹੈ ਐਂਡ ਆਰਟੀਕਲ 364 ਦੇ ਤਹਿਤ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ ਆਰਟੀਕਲ 368 ਦੇ ਤਹਿਤ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਹ ਕੁਸ਼ਨ ਬਹੁਤ ਔਰ ਇਗਜ਼ਾਮ ਚ ਰਿਪੀਟ ਹੁੰਦਾ ਹੈ ਨੈਕਸਟ ਸੰਵਿਧਾਨ ਦੀ ਕਿਹੜੀ ਸੋਧ ਨੂੰ ਛੋਟਾ ਸੰਵਿਧਾਨ ਵੀ ਕਿਹਾ ਜਾਂਦਾ ਹੈ ਯਾਨੀ ਕਿ ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ 44ਵੀਂ 42ਵੀਂ 51ਵੀਂ ਜਾਂ 73ਵੀਂ ਹਾਂਜੀ ਇਹਦਾ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ 42ਵੀਂ ਜਿਹੜੀ ਐਮੈਂਡਮੈਂਟ ਸੀਗੀ ਤਾਂ ਇਸ ਨੂੰ ਸੰਵਿਧਾਨ ਦਾ ਛੋਟਾ ਸੰਵਿਧਾਨ ਵੀ ਕਿਹਾ ਜਾਂਦਾ ਹੈ ਠੀਕ ਹੈ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਕਿਉਂਕਿ ਇਸ ਐਮੈਂਡਮੈਂਟ ਦੇ ਤਾਅ ਤਾਂ ਸੰਵਿਧਾਨ ਵਿੱਚ ਬਹੁਤ ਕੁਝ ਚੇਂਜ ਕੀਤਾ ਗਿਆ ਸੀਗਾ ਇਹ ਜਿਹੜਾ ਛੋਟਾ ਸਵਿਧਾਨ ਹੈ ਯਾਨੀ ਕਿ ਇਹ ਜਿਹੜੀ ਸੋਧ ਹੈ ਇਹ ਕਦੋਂ ਹੋਈ ਸੀ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਨੈਕਸਟ ਆਪਾਂ ਦੇਖਦੇ ਹਾਂ ਰਾਜ ਵਿੱਤ ayog ਦਾ ਗਠਨ ਕਿਹੜੇ ਅਨੁਸ਼ੇਦ ਦੇ ਅੰਤਰਗਤ ਆਉਂਦਾ ਹੈ ਰਾਜ ਵਿੱਤ ayog ਦਾ ਗਠਨ ਹਾਂਜੀ ਇਹਦਾ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ 243 (1) ਦੇ ਤਹਿਤ ਰਾਜ ਵਿੱਤ ayog ਦਾ ਗਠਨ ਕੀਤਾ ਜਾਂਦਾ ਹੈ ਤਾਂ ਡੀ ਸਹੀ ਆਨਸਰ ਬਣ ਜਾਵੇਗਾ ਨੈਕਸਟ ਆਪਾਂ ਦੇਖਦੇ ਹਾਂ ਭਾਰਤ ਦੇ ਕਿਹੜੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਕੇਵਲ ਗ੍ਰਾਮ ਪੰਚਾਇਤ ਦਾ ਗਠਨ ਕੀਤਾ ਗਿਆ ਹੈ ਕੇਰਲ ਅਸਮ ਮੱਧ ਪ੍ਰਦੇਸ਼ ਜਾਂ ਹਰਿਆਣਾ ਤਾਂ ਆਪਸ਼ਨ ਦੇ حساب ਨਾਲ ਤੁਸੀਂ ਉੱਥੇ ਆਨਸਰ ਟਿਕ ਕਰਕੇ ਆਉਣਾ ਹੈ ਤਾਂ ਇਹਦਾ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਕੇਰਲ ਕੇਰਲ ਦੇ ਵਿੱਚ ਗ੍ਰਾਮ ਪੰਚਾਇਤ ਤਾਂ ਓਨਲੀ ਗਠਨ ਹੁੰਦਾ ਹੈ ਤਾਂ ਇਹ ਬਿਲਕੁਲ ਸਹੀ ਆਨਸਰ ਹੋਵੇਗਾ ਇੱਥੇ ਵਨ ਟਾਇਰ ਸਿਸਟਮ ਹੈ ਤਾਂ ਇਹ ਸਹੀ ਆਨਸਰ ਬਣੇਗਾ ਨੈਕਸਟ ਆਪਾਂ ਦੇਖਦੇ ਹਾਂ ਕੇਵਲ ਗ੍ਰਾਮ ਪੰਚਾਇਤਾਂ ਗਠਨ ਕਰਨ ਵਾਲੇ ਰਾਜ ਕਿਹੜੇ ਹਨ ਤਾਂ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਇੱਥੇ ਤੁਸੀਂ ਆਪਸ਼ਨ ਦੇਖ ਸਕਦੇ ਹੋ ਰਾਜ ਕੇਰਲ ਹੋ ਗਿਆ ਜੰਮੂ ਅਤੇ ਕਸ਼ਮੀਰ ਇਹ ਇੱਕ ਯੂਟੀ ਹੈ ਤ੍ਰਿਪੁਰਾ ਮਨੀਪੁਰ ਅਤੇ ਸਿੱਕਮ ਤਾਂ ਇਹਦਾ ਇਹਨਾਂ ਦੇ ਵਿੱਚ ਕੇਵਲ ਗ੍ਰਾਮ ਪੰਚਾਇਤਾਂ ਗਠਨ ਕੀਤਾ ਜਾਂਦਾ ਹੈ ਗ੍ਰਾਮ ਪੰਚਾਇਤ ਅਤੇ ਪੰਚਾਇਤ ਸਿਮਤੀ ਵਾਲੇ ਕਿਹੜੇ ਕਿਹੜੇ ਰਾਜ ਹਨ ਅਸਾਮ ਹੋ ਗਿਆ ਉੜੀਸਾ ਮਧ ਪ੍ਰਦੇਸ਼ ਕਰਨਾਟਕਾ ਤੇ ਹਰਿਆਣਾ ಗ್ರಾಮ ਪੰਚਾਇਤ ਪੰਚਾਇਤ ਸੰਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਇਹਦੇ ਵਿੱਚ ਕਿਹੜੇ ਕਿਹੜੇ ਰਾਜ ਆਉਂਦੇ ਹਨ ਉੱਤਰ ਪ੍ਰਦੇਸ਼ ਬਿਆਰ ਮਹਾਰਾਸ਼ਟਰਾ ਆਂਧਰਾ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਪੰਜਾਬ ਆਪਣਾ ਹੋ ਗਿਆ ਗੁਜਰਾਤ ਤਾਮਿਲਨਾਡੂ ਤੇ ਰਾਜਸਥਾਨ ਸੋ ਜਿੰਨੇ ਵੀ ਤੁਹਾਨੂੰ ਪੁਆਇੰਟ ਇੱਥੇ ਦੱਸੇ ਗਏ ਹਨ ਤਾਂ ਇਹਨਾਂ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਐਗਜ਼ਾਮ 'ਚ ਐਵੇਂ ਕੁਐਸਚਨ ਬਣੇਗਾ 8 ਲਿਖਿਆਂ ਦੇ ਵਿੱਚੋਂ ਕਿਹੜੇ ਰਾਜ ਦੇ ਵਿੱਚ 3 ਜਿਹੜਾ ਟਾਇਰ ਸਿਸਟਮ ਨਹੀਂ ਹੈ ਕਿ ਗ੍ਰਾਮ ਪੰਚਾਇਤ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਨਹੀਂ ਹੈ ਤਾਂ ਉੱਥੇ ਇਹਨਾਂ ਵਿੱਚੋਂ ਤਿੰਨ ਆਪਸ਼ਨ ਹੋਣਗੇ ਬਾਕੀ ਇੱਕ ਹੋਰ ਆਪਸ਼ਨ ਹੋ ਸਕਦੀ ਹੈ ਤਾਂ ਉਹ ਹੀ ਤੁਸੀਂ ਆਨਸਰ ਟਿਕ ਕਰ ਦੇਣਾ ਹੈ ਨੈਕਸਟ ਆਪਾਂ ਦੇਖਦੇ ਹਾਂ ਮਾਥਲੀ ਜਿਹੜੀ ਭਾਸ਼ਾ ਹੈ ਤਾਂ ਇਸ ਨੂੰ 8ਵੀਂ ਸੂਚੀ ਦੇ ਵਿੱਚ ਕਦੋਂ ਜੋੜਿਆ ਗਿਆ ਸੀਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਸੰਵਿਧਾਨ ਦੇ ਵਿੱਚ ਟੋਟਲ 22 ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਕਿ ਨਹੀਂ ਭਾਸ਼ਾਵਾਂ ਨੂੰ 22 ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਜੀ ਜਿਹਦੇ ਵਿੱਚ ਆਪਣੀ ਪੰਜਾਬੀ ਭਾਸ਼ਾ ਵੀ ਐਡ ਕੀਤੀ ਗਈ ਹੈ ਤਾਂ ਇਹਦਾ ਆਪਣਾ ਕੋਡ ਸਹੀ ਆਨਸਰ ਹੋਵੇਗਾ অপਸ਼ਨ ਨੰਬਰ ਡੀ ਯਾਨੀ ਕਿ 2003 ਦੇ ਵਿੱਚ ਮਾਥਿਲੀ ਭਾਸ਼ਾ ਨੂੰ 8ਵੀਂ ਸੂਚੀ ਦੇ ਵਿੱਚ ਐਡ ਕੀਤਾ ਗਿਆ ਸੀ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਨੀਤੀ ਆਯੋਗ ਦੇ ਪਹਿਲੇ ਚੇਅਰਮੈਨ ਕੌਣ ਹਨ ਨੀਤੀ ਆਯੋਗ ਨੀਤੀ ਆਯੋਗ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨੀਤੀ ਆਯੋਗ ਜਿਹੜਾ ਹੈ ਇਹਦਾ ਗਠਨ ਕੀਤਾ ਗਿਆ ਸੀ 1 ਜਨਵਰੀ 2015 ਦੇ ਵਿੱਚ ਯੋਜਨਾ ਆਯੋਗ ਦਾ ਪੁਰਾਣਾ ਨਾਮ ਸੀਗਾ ਨੀਤੀ ਆਯੋਗ ਤਾਂ ਇਹਦੇ ਜਿਹੜੇ ਵੀ ਪਾਰ ਦੇ ਪ੍ਰਧਾਨ ਮੰਤਰੀ ਹੋਣਗੇ ਉਹੀ ਚੇਅਰਮੈਨ ਹੋਣਗੇ ਤਾਂ ਬੀ ਬਿਲਕੁਲ ਸਹੀ ਆਨਸਰ ਹੋਵੇਗਾ ਨਰਿੰਦਰ ਮੋਦੀ ਰਿੰਦਰ ਮੋਦੀ ਨੀਤੀ ਆਯੋਗ ਦੇ ਪਹਿਲੇ ਚੇਅਰਮੈਨ ਹਨ ਹੁਣ ਵੀ ਇਹੀ ਚੇਅਰਮੈਨ ਹਨ ਤਾਂ ਬੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਜੇ ਪ੍ਰਸ਼ਨ ਵੀ ਉੱਥੇ ਪੁੱਛਿਆ ਜਾ ਸਕਦਾ ਹੈ ਨੀਤੀ ਆਯੋਗ ਦੇ ਪ੍ਰਧਾਨ ਕੌਣ ਹੁੰਦੇ ਹਨ ਤਾਂ ਆਨਸਰ ਟਿੱਕ ਕਰਕੇ ਆਉਣਾ ਵਿਚ ਇਹਦਾ ਮੁੱਖ ਦਫਤਰਾ ਨਵੀਂ ਦਿੱਲੀ ਦੇ ਵਿੱਚ ਪੁਰਾਣਾ ਨਾਮ ਯੋਜਨਾ ਆਯੋਗ ਚੇਅਰਮੈਨ ਪ੍ਰਧਾਨ ਮੰਤਰੀ ਅਤੇ ਉਪ ਚੇਅਰਮੈਨ ਰਾਜੀਵ ਕੁਮਾਰ ਸਾਰੇ ਹੀ ਪੁਆਇੰਟ ਮਹੱਤਵਪੂਰਨ ਹਨ ਸਾਰੇ ਨੇ ਤੁਸੀਂ ਧਿਆਨ ਵਿੱਚ ਰੱਖਣਾ ਹੈ ਹੁਣ ਆਪਾਂ ਨੈਕਸਟ ਦੇਖ ਲੈਂਦੇ ਹਾਂ 8 ਲਿਖਿਆਂ ਦੇ ਵਿੱਚੋਂ ਕਿਹੜੀ ਹਾਈ ਕੋਰਟ ਦਾ ਗਠਨ 1862 ਦੇ ਵਿੱਚ ਨਹੀਂ ਹੋਇਆ ਸੀ ਸੋ ਇੱਥੇ ਗੱਲ ਕੀਤੀ ਗਈ ਹੈ ਨਹੀਂ ਦੀ ਇਲਾਹਾਬਾਦ ਕੋਲਕਾਤਾ ਮੁੰਬਈ ਜਾਂ ਮਦਰਾਸ ਹਾਂਜੀ ਇਹ ਤਾਂ ਆਪਣੇ ਕੋਲ ਸਹੀ ਜਿਹੜਾ ਆਨਸਰ ਬਣੇਗਾ ਉਹ ਬਣੇਗਾ অপਸ਼ਨ ਨੰਬਰ ਐ ਯਾਨੀ ਕਿ ਇਲਾਹਾਬਾਦ ਹਾਈ ਕੋਰਟ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਰਤ ਦੀ ਸਭ ਤੋਂ ਵੱਡੀ ਹਾਈ ਕੋਰਟ ਪੁੱਛ ਲਈ ਜਾਵੇ ਤਾਂ ਤੁਸੀਂ ਫਿਰ ਵੀ ਆਨਸਰ ਟਿਕ ਕਰਕੇ ਆਉਣਾ ਹੈ ਇਲਾਹਾਬਾਦ ਹਾਈ ਕੋਰਟ ਇਸ ਤਰ੍ਹਾਂ ਕੋਲਕਾਤਾ ਹੋਗੀ ਮੁੰਬਈ ਅਤੇ ਮਦਰਾਸ ਇਹਨਾਂ ਸਾਰੀਆਂ ਹਾਈ ਕੋਰਟ ਦਾ ਜਿਹੜਾ ਗਠਨ ਕੀਤਾ ਗਿਆ ਸੀ 1862 ਦੇ ਵਿੱਚ ਪੰਜਾਬ ਅਤੇ ਹਰਿਆਣਾ ਜਿਹੜੀ ਹਾਈ ਕੋਰਟ ਹੈ ਇਹਦਾ ਗਠਨ ਕੀਤਾ ਗਿਆ ਸੀ 1964 ਦੇ ਵਿੱਚ ਨਵੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਗਠਨ 1964 ਦੇ ਵਿੱਚ ਹੋਇਆ ਸੀ ਨੈਕਸਟ ਆਪਾਂ ਦੇਖਦੇ ਹਾਂ ਕੇਂਦਰ ਅਤੇ ਰਾਜਾਂ ਦੇ ਨਾਲ ਸੰਬੰਧਿਤ ਕਿਹੜੀ ਅਨੁਸੂਚੀ ਹੈ ਕੇਂਦਰ ਅਤੇ ਰਾਜਾਂ ਦੇ ਨਾਲ ਸੰਬੰਧਿਤ ਹਾਂਜੀ ਸੰਵਿਧਾਨ ਦੀ ਜਿਹੜੀ ਆਪਣੇ ਕੋਲ 7ਵੀਂ ਅਨੁਸੂਚੀ ਹੈ ਉਹ ਸੰਬੰਧਤ ਹੈ ਕੇਂਦਰ ਅਤੇ ਰਾਜਾਂ ਦੇ ਨਾਲ ਤਾਂ B ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ B 7ਵੀਂ ਅਨੁਸੂਚੀ ਨੈਕਸਟ ਆਪਾਂ ਦੇਖਦੇ ਆ ਰਾਜਾਂ ਦੇ ਵਿੱਚ ਹਾਈ ਕੋਰਟ ਦੀ ਸਥਾਪਨਾ ਕਿਹੜੇ ਅਨੁਸ਼ੇਦ ਦੇ ਅੰਤਰਗਤ ਆਉਂਦੀ ਹੈ ਰਾਜਾਂ ਦੇ ਵਿੱਚ ਹਾਈ ਕੋਰਟ ਦੀ ਸਥਾਪਨਾ ਹਾਂਜੀ ਸੁਪਰੀਮ ਕੋਰਟ ਦਾ ਗਠਨ ਕੀਤਾ ਜਾਂਦਾ ਆਰਟੀਕਲ 124 ਦੇ ਤਹਿਤ ਜ ਜੇਕਰ ਰਾਜਾਂ ਦੀ ਗੱਲ ਕੀਤੀ ਜਾਵੇ ਫਿਰ ਤੁਸੀਂ ਆਨਸਰ ਟਿਕ ਕਰਕੇ ਆਉਣਾ ਆਰਟੀਕਲ 214 214 ਦੇ ਤਹਿਤ ਹਾਈ ਕੋਰਟ ਦਾ ਗਠਨ ਕੀਤਾ ਜਾਂਦਾ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਬੀ ਨੈਕਸਟ ਵਿਧਾਨ ਪ੍ਰੀਸ਼ਦ ਕਿਸੇ ਸਧਾਰਨ ਬਿਲ ਨੂੰ ਅਧਿਕਤਮ ਕਿੰਨੇ ਸਮੇਂ ਤੱਕ ਰੋਕ ਸਕਦੀ ਹੈ ਵਿਧਾਨ ਪ੍ਰੀਸ਼ਦ ਰਾਜਾਂ ਦੇ ਵਿੱਚ ਇੱਥੇ ਗੱਲ ਕੀਤੀ ਜਾ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਵਿਧਾਨਪ੍ਰੀਸ਼ਦ ਨਹੀਂ ਹੈ ਆਪਣੇ ਪੰਜਾਬ ਦੇ ਵਿੱਚੋਂ ਵਿਧਾਨਪ੍ਰਸ਼ਦ ਨੂੰ ਖਤਮ ਕੀਤਾ ਗਿਆ ਸੀ 1970 ਦੇ ਵਿੱਚ ਕਦੋਂ ਖਤਮ ਕੀਤਾ ਗਿਆ ਸੀ 1970 ਦੇ ਵਿੱਚ ਖਤਮ ਕੀਤਾ ਗਿਆ ਸੀ ਉਸ ਸਮੇਂ ਆਪਣੇ ਪੰਜਾਬ ਦੇ ਜਿਹੜੇ ਸੀਐਮ ਸਨ ਉਹ ਸਨ ਪ੍ਰਕਾਸ਼ ਸਿੰਘ ਬਾਦਲ ਤਾਂ 4 ਮਹੀਨੇ ਤੱਕ ਸਧਾਰਨ ਬਿੱਲ ਨੂੰ ਰੋਕ ਸਕਦੀ ਹੈ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਡੀ 4 ਮਹੀਨੇ ਵੀਡੀਓ ਦਾ ਲਾਸਟ ਕੁਐਸਚਨ ਦੇਖਦੇ ਆਂ ਪਹਿਲੀ ਮਹਿਲਾ ਮੁੱਖ ਮੰਤਰੀ ਭਾਰਤ ਦੇ ਕਿਹੜੇ ਰਾਜ ਵਿੱਚੋਂ ਬਣੀ ਸੀ ਪਹਿਲੀ ਮਹਿਲਾ ਮੁੱਖ ਮੰਤਰੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਜਾਂ ਰਾਜਸਥਾਨ ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਵਿੱਚੋਂ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਸੀ ਆਪਣੇ ਭਾਰਤ ਦੇ ਵਿੱਚੋਂ ਤਾਂ ਸਹੀ ਬਿਲਕੁਲ ਸਹੀ ਆਨਸਰ ਵੇਗਾ ਹਿਮਾਚਲ ਪ੍ਰਦੇਸ਼ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਨਾਮ ਕੀ ਸੀਗਾ ਸੁਚੇਤਾ ਕ੍ਰਿਪਲਾਨੀ ਤਾਂ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ। ਉਸ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਜਿਆਦਾ ਹੈਲਪਫ ਲੱਗੀ ਹੋਵੇਗੀ। ਸੋ ਪਲੀਜ਼ ਇੱਕ ਵਾਰ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦੇਣਾ ਐਂਡ ਜਿਹੜੇ ਵਿਦਿਆਰਥੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਐਂਡ ਜੇਕਰ ਤੁਸੀਂ ਆਪਣੇ ਕੋਲ ਸਟੱਡੀ ਨੋਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਡਾਇਰੈਕਟ ਕਾਲ ਕਰ ਸਕਦੇ ਹੋ 95173 44 544 ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਦੇ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਸਟੱਡੀ ਨੋਟਸ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਬਾਕੀ ਤੁਸੀਂ Telegram ਚੈਨਲ ਨਾਲ ਜੋੜ ਸਕਦੇ ਹੋ Telegram ਚੈਨਲ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਉੱਥੇ ਤੁਹਾਨੂੰ ਕੁਝ ਫ੍ਰੀ ਫ੍ਰੀ ਦੇ ਵਿੱਚ PDF ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ। ਬਾਕੀ ਜੇਕਰ ਤੁਸੀਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਚਾਨਾ ਦੀ ਪਲੇਲਿਸਟ ਚੈੱਕ ਕਰਕੇ ਦੇਖ ਸਕਦੇ ਹੋ ਉੱਥੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਪ੍ਰੋਵਾਈਡ ਕਰਵਾਈਆਂ ਹੋਈਆਂ ਹਨ। ਤਾਂ ਉਹਨਾਂ ਵੀਡੀਓਜ਼ ਨੂੰ ਵੀ ਤੁਸੀਂ ਇੱਕ ਤੋਂ ਦੋ ਵਾਰ ਜ਼ਰੂਰ ਦੇਖ ਲੈਣਾ ਤਾਂ ਜੋ ਇਗਜ਼ਾਮ 'ਚ ਤੁਹਾਡੀ ਹੈਲਪ ਹੋ ਸਕੇ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ